महामारी नाल जूझ रहे पंजाब दे गरीब लोकां लई अज अमृतसर विखे लोक इंसाफ पार्टी दे शहरी सीनियर यूथ प्रधान सुखजिंदर सिंह माहू पप्तूपुरा अते सरबत दा भला एजुकेशन वेलफेयर सोसाइटी दे प्रधान सुखराज सिंह सोहल ने सांझे तौर ते नारियल पानी दी रेहड़ी लगा के लोकां नूं नारियल पानी पियाया ते संदेश दित्ता के भारत ते पंजाब सरकार कोल लोकां नूं लगाउण लई ना तां वैक्सीन है ना ही ऑक्सीजन ਅਤੇ ਨਾ ਹੀ ਕਿੱਟਾਂ ਇਸਲਈ ਨਾਰੀਅਲ ਪਾਣੀ ਪੀ ਕੇ ਆਪਣੀ ਇਮਿਊਨਿਟੀ ਵਧਾਓ ਕਰੋਨਾ ਤੋਂ ਬਚਣ ਵਾਸਤੇ ਨਾਰੀਅਲ ਪਾਣੀ ਪੀਓ ਸਰਕਾਰਾਂ ਦੇ ਕੋਲ ਦਵਾਈਆਂ ਤੇ ਹੈ ਨਹੀਂ ਮੈਡੀਸਨ ਹੈ ਨਹੀਂ ਵੈਕਸੀਨ ਹੈ ਨਹੀਂ ਕੋਈ ਦਵਾਈ ਨਹੀਂ ਕੋਈ ਸਰਕਾਰ ਦਾ ਹਿੱਲਾ ਨਹੀਂ ਰੱਬ ਦੇ ਆਸਰੇ ਲੋਕਾਂ ਨੂੰ ਛੱਡਿਆ ਕਿਰਪਾ ਕਰਕੇ ਲੋਕੋ ਨਾਰੀਅਲ ਪਾਣੀ ਪੀਓ ਨਾਰੀਅਲ ਪਾਣੀ ਪੀਓ ਤੇ ਆਪਣੀ ਇਮਿਊਨਿਟੀ ਵਧਾਓ ਸਰਕਾਰਾਂ ਨੇ ਤੁਹਾਨੂੰ ਰੱਬ ਦੇ ਆਸਰੇ ਛੱਡ ਦਿੱਤਾ ਏ ਤੇ ਕੁਦਰਤੀ ਦਾਤ ਆ ਨਾਰੀਅਲ ਪਾਣੀ ਕੁਦਰਤੀ ਫਲ ਕਰੋਨਾ ਤੋਂ ਬਚਣ ਵਾਸਤੇ ਨਾਰੀਅਲ ਪਾਣੀ ਪੀਓ ਸਰਕਾਰਾਂ ਦੇ ਕੋਲ ਵੈਕਸੀਨ ਵੀ ਹੈਗੀ ਦਵਾਈਆਂ ਵੀ ਹੈਗੀਆਂ ਸਰਕਾਰਾਂ ਨੇ ਤੁਹਾਨੂੰ ਰੱਬ ਦੇ ਆਸਰੇ ਛੱਡਤਾ ਤੁਸੀਂ ਆਪਣੀ ਕਮਾਈ ਕਰਨ ਵਾਸਤੇ ਬਾਹਰ ਵੀ ਨਿਕਲਣਾ ਪੈਂਦਾ ਤੁਹਾਨੂੰ ਖਤਰਾ ਜ਼ਿਆਦਾ ਵਾ ਮੈਂ ਸੁਖਰਾਜ ਸਿੰਘ ਸੋਲ ਮੁੱਖ ਸੇਵਾਦਾਰ ਸਰਬੱਤ ਦਾ ਭਲਾ ਸੰਸਥਾ ਤੋਂ ਅੱਜ ਬਹੁਤ ਹੀ ਸਤਿਕਾਰਯੋਗ ਲੋਕ ਇਨਸਾਫ ਪਾਰਟੀ ਦੇ ਉਪ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਤੋਂ ਸੁਖਜਿੰਦਰ ਸਿੰਘ ਬਾਹੂ ਅਤੇ ਸੁਸਾਇਟੀ ਵੱਲੋਂ ਇੱਕ ਸੇਵਾ ਵੇਲੇ ਏਕਾ ਉਸ ਨਾਰੇ ਦੇ ਤਹਿਤ ਅੱਜ ਜਿਹੜੇ ਸਾਡੇ ਸਤਿਕਾਰਯੋਗ ਮਿਹਨਤੀ ਕਿਰਤੀ ਲੋਕ ਆ ਰਿਕਸ਼ੇ ਵਾਲੇ ਟੈਂਪੂਆਂ ਵਾਲੇ ਜਾਂ ਹੋਰ ਦਰਜਾ ਬਦਰਜਾ ਜਿੰਨੇ ਵੀ ਕਿਰਤ ਵਾਲੇ ਇਹਨਾਂ ਹਾਲਾਤਾਂ 'ਚ ਵੀ ਘਰੋਂ ਨਿਕਲ ਰਹੇ ਆ ਉਹਨਾਂ ਨੂੰ ਅੱਜ ਨਾਰੀਅਲ ਪਾਣੀ ਵੰਡਿਆ ਗਿਆ ਤਾਂ ਕਿ ਲੋਕਾਂ ਨੂੰ ਜਿੰਨੀ ਵੀ ਉਹਨਾਂ ਦੀ ਅਸੀਂ ਵੱਧ ਤੋਂ ਵੱਧ ਆਪਣੇ ਨਿੱਜੀ ਖਰਚੇ ਰੋਕ ਕੇ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਹਨਾਂ ਦੀ ਸਿਹਤ ਸੰਬੰਧੀ ਜਿੰਨੀ ਮਦਦ ਕਰ ਸਕਦੇ ਹਾਂ ਉਹ ਕੀਤੀ ਗਈ ਕਾਰਨ ਜਿਹੜੀ ਸਾਡੀ ਸੂਬਾ ਸਰਕਾਰ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੁਰੀ ਤਰ੍ਹਾਂ ਫੇਲ ਆ ਅਤੇ ਬੁੱਧੀਜੀਵੀ ਲੋਕ ਜਿਵੇਂ ਮਾਊ ਸਾਹਿਬ ਨੇ ਇੱਕ ਸੋਚ ਇਹਨਾਂ ਨੇ ਉਹ ਉਪਰਾਲਾ ਜਿਹੜਾ ਸ਼ੁਰੂ ਕੀਤਾ ਵਾ ਕਹਿੰਦੇ ਰੱਬ ਧਰਤੀ 'ਤੇ ਆਉਂਦਾ ਹੈ ਸਮਾਜ ਸੇਵਕਾਂ ਦਾ ਰੂਪ ਧਾਰ ਕੇ ਸਰਕਾਰਾਂ ਨੂੰ ਭੋਰਾ ਸ਼ਰਮ ਨਹੀਂ ਸਰਕਾਰਾਂ ਬੁਰੀ ਤਰ੍ਹਾਂ ਫੇਲ ਕੈਪਟਨ ਦੀ ਗੱਲ ਕਰੀਏ ਉਹ ਪਾਕਿਸਤਾਨ ਵਾਲੇ ਚੱਕਰ 'ਚ ਫਸਿਆ ਜੇ ਚੀਕੂ ਸੀਤਾਫਲ ਦੀ ਗੱਲ ਕਰੀਏ ਪਰ ਸਾਡੇ ਜਿਹੜੇ ਕਿਰਤੀ ਲੋਕ ਆ ਇਹਨਾਂ ਦਾ ਵਾਲੀ ਵਾਰ ਸਿਖਾਉਣ ਜੇ ਫਿਰ ਸਾਨੂੰ ਇਹੋ ਜਿਹੇ ਫੈਸਲੇ ਲੈਣੇ ਪੈਣਗੇ ਵੀ ਆਪਣੇ ਨਿੱਜੀ ਖਰਚੇ ਰੋਕ ਕੇ ਇਹਨਾਂ ਭੈਣ ਭਰਾਵਾਂ ਦੀ ਬਾਹ ਫੜੀ ਨਾਰਾ ਇੱਕ ਲਾਇਆ ਸੀ ਕਿ ਆਓ ਡਟ ਕੇ ਪਹਿਰਾ ਲਾਈਏ ਕਰੋਨਾ ਮੁਕਤ ਸਮਾਜ ਬਣਾਈਏ ਕਿ ਅਸੀਂ ਵੀ ਇਸ ਸੂਬੇ ਦੇ ਵਾਸੀ ਹਾਂ ਇਸ ਸਮਾਜ ਦੇ ਵਾਸੀ ਹਾਂ ਸਾਡਾ ਮੁੱਢਲਾ ਫਰਜ਼ ਬਣਦਾ ਕਿ ਜਿੱਥੇ ਆਪਣੀ ਘਰ ਦੀ ਦਲੀਲ ਦੇ ਅੰਦਰ ਅਸੀਂ ਆਪਣੇ ਸਾਰੇ ਸਿਸਟਮ ਨੂੰ ਸਹੀ ਕੀਤਾ ਅਤੇ ਉੱਥੇ ਸਾਡਾ ਬਣਦਾ ਕਿ ਅਸੀਂ ਦਸਵੰਧ ਰੂਪੀ ਇੱਥੇ ਲੋਕਾਂ ਦਾ ਜਿਹੜਾ ਉਹ ਭਲਾ ਕਰ ਸਕੀਏ ਨਾਮ ਸੁਖਜਿੰਦਰ ਸਿੰਘ ਭਗਤੂਪੁਰਾ ਲੋਕ ਇਨਸਾਫ ਪਾਰਟੀ ਤੋਂ ਜ਼ਿਲ੍ਹਾ ਉਪ ਪ੍ਰਧਾਨ ਅੱਜ ਜਿਹੜਾ ਤੁਹਾਡੇ ਵੱਲੋਂ ਨਾਰੀਅਲ ਪਾਣੀ ਵੰਡੇ ਜਾ ਰਹੇ ਨੇ ਇਹ ਦੇਖੋ ਜੀ ਕਰੋਨਾ ਮਹਾਂਮਾਰੀ ਦਾ ਦੌਰ ਚੱਲ ਰਿਹਾ ਪਿਛਲੇ ਡੇਢ ਦੋ ਮਹੀਨੇ ਤੋਂ ਦੂਜੀ ਲਹਿਰ ਆਈ ਆ ਉਹਦੇ ਸੰਬੰਧ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਵਾ ਪੰਜਾਬ ਸਰਕਾਰ ਕੀ ਭਾਰਤ ਸਰਕਾਰ ਕੀ ਦੋਨੇ ਸਰਕਾਰਾਂ ਬੁਰੀ ਤਰ੍ਹਾਂ ਫੇਲ ਹੋਈਆਂ ਨੇ ਹੈਲਥ ਸਿਸਟਮ ਦੇ ਵਿੱਚ ਨਾ ਤਾਂ ਸਾਨੂੰ ਵੈਕਸੀਨ ਦੇ ਪਾ ਰਹੀਆਂ ਨਾ ਸਾਨੂੰ ਕੋਈ ਦਵਾਈ ਮੈਡੀਸਨ ਨਾ ਹੌਸਪੀਟਲ ਦੇ ਵਿੱਚ ਕਰੋਨਾ ਮਰੀਜ਼ਾਂ ਦਾ ਕੋਈ ਇਲਾਜ ਹੋ ਰਿਹਾ ਨਾ ਆਕਸੀਜਨ ਨਾ ਵੈਂਟੀਲੇਟਰ ਬੈੱਡ ਨਾ ਕੁਛ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਸਰਕਾਰ ਵੱਲ ਨਹੀਂ ਉਲਟਾ ਲੋਕਡਾਊਨ ਲਾ ਕੇ ਜਿਹੜੇ ਸਾਡੇ ਗਰੀਬ ਤਬਕੇ ਦੇ ਲੋਕ ਆ ਉਹਨਾਂ ਦੀ ਮੈਂਟਲੀ ਹਰਾਸਮੈਂਟ ਵੀ ਹੋ ਰਹੀ ਆ ਕਿ ਉਹਨਾਂ ਨੂੰ ਪੁਲਿਸ ਤੰਗ ਪਰੇਸ਼ਾਨ ਕਰਦੀ ਆ ਉਹ ਕੰਮ ਨਹੀਂ ਕਰ ਸਕਦੇ ਘਰ ਬੱਚੇ ਰੋਟੀ ਖਾਣ ਨੂੰ ਮੰਗਦੇ ਆ ਉਹਨਾਂ ਨੂੰ ਬੜੇ ਪਰੇਸ਼ਾਨੀ ਹੁੰਦੀ ਉਹਦਾ ਅਸੀਂ ਸਾਰਿਆਂ ਨੇ ਵਿਚਾਰ ਕਰਕੇ ਮੇਰੇ ਛੋਟੇ ਵੀਰ ਸੁਖਰਾਜ ਸਿੰਘ ਸੋਹਲ ਸਰਬੱਤ ਦਾ ਭਲਾ ਸੰਸਥਾ ਅਸੀਂ ਦੋਨਾਂ ਨੇ ਵਿਚਾਰ ਕਰਕੇ ਅਸੀਂ ਇੱਕ ਉਪਰਾਲਾ ਕੀਤਾ ਆਪਣੀ ਕਮਾਈ ਵਿੱਤ ਦੇ ਅਨੁਸਾਰ ਕਿ ਜਿੰਨਾ ਵੀ ਅਸੀਂ ਪੁੰਨ ਕਰ ਸਕੀਏ ਗਰੀਬ ਲੋਕਾਂ ਨੂੰ ਅਸੀਂ ਵੈਕਸੀਨ ਤਾਂ ਨਹੀਂ ਦਵਾ ਸਕਦੇ ਇਹ ਸਰਕਾਰਾਂ ਦਾ ਕੰਮ ਆ ਅਸੀਂ ਆਪਣੇ ਵੱਲੋਂ ਉਪਰਾਲਾ ਕੀਤਾ ਕਿ ਅਸੀਂ ਲੋਕਾਂ ਨੂੰ ਨਾਰੀਅਲ ਪਾਣੀ ਵੰਡੀਏ ਤਾਂ ਕਿ ਲੋਕਾਂ ਦੀ ਇਮਿਊਨਿਟੀ ਵਧੇ ਜਿਹੜੇ ਲੋਕ ਆ ਇਹ ਘਰੋਂ ਬਾਹਰ ਆਉਣਾ ਇਹਨਾਂ ਦੀ ਮਜਬੂਰੀ ਆ ਕਿਉਂਕਿ ਘਰ ਦੇ ਵਿੱਚ ਬੱਚੇ ਰਾਤ ਨੂੰ ਰੋਟੀ ਮੰਗਦੇ ਰਾਸ਼ਨ ਮੰਗਦੇ ਆ ਕੰਮ ਕਰਨਾ ਪੈਣਾ ਅਤੇ ਜਦੋਂ ਇਹਨਾਂ ਬਾਹਰ ਆਉਣਾ ਇਨਫੈਕਸ਼ਨ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਅਤੇ ਉਸ ਕਰਕੇ ਦਵਾਈਆਂ ਤਾਂ ਸਰਕਾਰ ਨੇ ਦੇਣੀਆਂ ਨਹੀਂ ਆ ਸਰਕਾਰ ਤਾਂ ਸਰਕਾਰ ਨੂੰ ਤਾਂ ਆਪਣੇ ਕੰਮਾਂ ਵੱਲ ਹੀ ਧਿਆਨ ਆ ਕੈਪਟਨ ਸਾਹਿਬ ਨੂੰ ਤਾਂ ਚੀਕੂ ਦਾ ਅਤੇ ਸੀਤਾਫਲ ਦਾ ਧਿਆਨ ਆ ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰੂੰਗਾ ਕੈਪਟਨ ਸਾਹਿਬ
ਇਹ ਚੀਕੂ ਤੇ ਸੀਤਾਫਲ ਦੇ ਨਾਲ ਇਮਿਊਨਿਟੀ ਨਹੀਂ ਵਧਣੀ, ਨਾਲੇ ਪਾਕਿਸਤਾਨ ਨਾ ਭੇਜੋ ਇੰਡੀਆ ਦੇ ਵਿੱਚ ਲੋਕਾਂ ਦਾ ਸੋਚੋ, ਪੰਜਾਬ ਦਾ ਸੋਚੋ, ਜਿਨ੍ਹਾਂ ਨੇ ਤੁਹਾਨੂੰ ਰਾਜੇ ਬਣਾਇਆ, ਜਿਨ੍ਹਾਂ ਨੇ ਗੱਦੀ ਤੇ ਬਿਠਾਇਆ। ਇਹੀ ਸੋਚ ਕੇ ਅਸੀਂ ਅੱਜ ਲੋਕਾਂ ਨੂੰ ਨਾਰੀਅਲ ਪਾਣੀ ਪਿਆਇਆ ਕਿ ਸਰਕਾਰਾਂ ਨੂੰ ਸ਼ਰਮ ਆਵੇ। ਜਿਹੜੇ ਲੀਡਰ ਸਾਡੇ ਅੰਮ੍ਰਿਤਸਰ ਦੇ ਵਿੱਚ ਬੜੇ ਬਹੁਤ ਜ਼ਿਆਦਾ ਲੀਡਰਸ਼ਿਪ ਆ, ਮੈਂ ਕੱਲ੍ਹ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀ, ਨਿਊਜ਼ ਵੀ ਦੇਖੀਆਂ ਸੀ, ਤੁਸੀਂ ਵੀ ਸਾਰਿਆਂ ਨੇ ਵੇਖੀਆਂ ਹੋਣਗੀਆਂ। ਅਸ਼ਨੀ ਸ਼ੇਖੜੀ ਕਹਿ ਰਿਹਾ ਕਿ ਮੇਰਾ ਹਲਕਾ, ਮੇਰੇ ਹਲਕੇ 'ਚ ਤ੍ਰਿਪਤ ਰਿੰਦਰ ਬਾਜਵਾ ਇੰਟਰਫੇਅਰ ਨਾ ਕਰੇ। ਮੈਂ ਨਾ ਹੈਰਾਨੀ ਹਾਂ, ਮੇਰਾ ਹਲਕਾ ਕਿਸ ਤਰ੍ਹਾਂ ਹੋ ਗਿਆ? ਵੋਟਾਂ ਵਾਸਤੇ ਤੁਹਾਡਾ ਹਲਕਾ ਵਾ, ਜਦੋਂ ਸਮਾਜ ਦੇ ਵਿੱਚ ਕੋਈ ਮਹਾਂਮਾਰੀ ਆਉਂਦੀ, ਕੋਈ ਬਿਮਾਰੀ ਆਉਂਦੀ, ਉਦੋਂ ਤੁਸੀਂ ਵੜਦੇ ਨਹੀਂ, ਬਾਅਦ 5 ਸਾਲ ਤੁਸੀਂ ਪੁੱਛੀ ਨਹੀਂ, ਤੁਹਾਡਾ ਹਲਕਾ ਹੋ ਗਿਆ। ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਆ, 2022 ਆਉਣ ਵਾਲੀ ਆ, ਆਹ ਮਹਾਂਮਾਰੀ ਦਾ ਦੌਰ ਯਾਦ ਰੱਖਿਓ, ਇਹਨਾਂ ਬਾਗੜ ਬਿੱਲਿਆਂ ਨੂੰ, ਰਵਾਇਤੀ ਪਾਰਟੀਆਂ ਨੂੰ ਵੜਨ ਨਾ ਦਿਓ। ਅੱਜ ਤੁਸੀਂ ਬੋਰਡ ਲਾਏ ਆ ਕਿ ਕਿਸੇ ਰਵਾਇਤੀ ਪਾਰਟੀ ਨੂੰ, ਕਿਸੇ ਪਾਰਟੀ ਨੂੰ ਅਸੀਂ ਵੜਨ ਨਹੀਂ ਦੇਣਾ ਪਿੰਡਾਂ 'ਚ, ਇਹ ਬੋਰਡ 2022 ਤੱਕ ਰਹਿਣ। ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ, ਅੱਜ ਪੰਜਾਬ, ਭਾਰਤ, ਪੂਰੀ ਦੁਨੀਆ ਦੇ ਵਿੱਚ ਸ਼ਰਮਸਾਰ ਆ, ਸਿਰਫ ਇਹਨਾਂ ਗੰਦੇ ਲੀਡਰਾਂ ਦੇ ਕਰਕੇ, ਕਿਉਂਕਿ ਇਹਨਾਂ ਨੇ ਪੂਰੇ 70 ਸਾਲਾਂ ਦੇ ਵਿੱਚ ਕੋਈ ਹੈਲਥ ਸਿਸਟਮ, ਕੋਈ ਐਜੂਕੇਸ਼ਨ ਸਿਸਟਮ ਨਹੀਂ ਦਿੱਤਾ, ਲੁੱਟ ਕੀਤੀ ਲੋਕਾਂ ਦੇ ਨਾਲ, ਤੇ ਲੋਕਾਂ ਦੇ ਨਾਲ ਬਹੁਤ ਧੱਕੇਸ਼ਾਹੀ ਕੀਤੀ ਹੈ। ਭਾਰਤ ਵਿੱਚ ਪਹਿਲੀ ਵਾਰ ਸ਼ੁੱਧ ਜਲ ਲੰਗਰ ਸੇਵਾ ਸ਼ੁਰੂ। ਪਿਓਰ ਵਾਟਰ ਹੈਲਥੀ ਲਾਈਫ NGO ਆਸਟ੍ਰੇਲੀਆ ਵੱਲੋਂ ਭਾਰਤ ਦੇ ਪਿੰਡਾਂ ਵਿੱਚ ਹਰ ਵਰਗ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀ ਮੁਹਿੰਮ। ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਰੋ ਮਜਾਰਾ ਰਾਣੂਆ ਤੋਂ ਸ਼ੁਰੂ। NRI ਤੇ ਦਾਨੀ ਸੱਜਣਾਂ ਨੂੰ ਅਪੀਲ ਕਿ ਆਓ, ਦੇਸ਼ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਲੱਗਣ ਵਾਲੀਆਂ 80% ਬਿਮਾਰੀਆਂ ਜਿਵੇਂ ਟਾਈਫਾਈਡ, ਪੇਟ ਗੈਸ, ਪੀਲੀਆ, ਜੋੜਾਂ ਦਾ ਦਰਦ, ਕਬਜ਼, ਬੁਖਾਰ ਤੇ ਕੈਂਸਰ ਤੋਂ ਬਚਾਈਏ। ਸਲਾਹ ਤੇ ਸਹਿਯੋਗ ਕਰਨ ਲਈ ਸੰਪਰਕ ਨੰਬਰ ਪਰਮਜੀਤ ਸਿੰਘ ਰਾਣਾ, ਪੰਜਾਬ, 70098070 83 ਅਤੇ ਰਘੁਵੀਰ ਸਿੰਘ, ਆਸਟ੍ਰੇਲੀਆ, 042 67 59 463।